ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ। ਮੈਂ ਸਤਵੀਰ ਕੌਰ, ਅੱਜ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਭਰ ਦੀਆਂ ਅਹਿਮ ਖਬਰਾਂ ਦੇ ਨਾਲ। ਮੁੜ ਸੁਰਖੀਆਂ ਵਿੱਚ ਆਇਆ ਪੰਜਾਬ ਸਕੂਲ ਸਿੱਖਿਆ ਬੋਰਡ NI ਦੀ ਰੇਡ ਦੌਰਾਨ ਸਰਕਾਰੀ ਗਵਾਹੀ ਦੇ ਤੌਰ ਤੇ ਤੈਨਾਤ ਰਹਿਣਗੇ ਸਰਕਾਰੀ ਅਧਿਆਪਕ। ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਅਤੇ ਜੰਤਰ ਮੰਤਰ ਤੇ 144 ਧਾਰਾ ਲਗਾਈ। ਪੰਜਾਬ ਅਤੇ ਹਰਿਆਣਾ ਦੀ ਪੁਲਿਸ ਨੂੰ ਹਿਮਾਚਲ ਦੀ ਪੁਲਿਸ ਦੇਵੇਗੀ NDPS ਦੀ ਟ੍ਰੇਨਿੰਗ। ਮਾਈ ਭਾਗੋ ਸੰਸਥਾ ਦੇ ਵੱਲੋਂ ਮਹਿਲਾ ਦਿਵਸ ਮਨਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਅਤੇ ਔਰਤਾਂ ਦੀ ਹਿੱਤੀ ਰਾਖੀ ਲਈ ਪ੍ਰਣ ਲਿਆ। ਧੰਨਵਾਦ।